के सारे इकट्ठे होवांगे, क्रिश्चियन भर इकट्ठा होगा ते आपां सारे जणे नाल चल के ते जित प्राप्त करांगे ते मंगा लवांगे भी ते मंगा किदां लैणियां इह वी आपां नूं सारे नूं पता होना चाहिए सारे नूं। अपने पास्टर साडे विज्ञानी सारे लोग पढ़ते ने बाइबल दे विच एक चीज लिखी हुई आ कि जिहड़ा साडा सब तों वध दुश्मन वाला जिहदे करके सानूं असीं गरीब लोग वा लड़कियां पार्टियां इस पंजाब स्टेट विच राज कर गईयां पर मौके मौके ते साडियां जथेबंदियां वल्लों यह मंगा दित्तियां गईयां उन्हां दे सामने स्टेट मुख्यमंत्री नूं मौके दीयां सरकारां नूं दित्तियां गईयां पर लारियां लप्पियां च यह समां लंघ गया 71-72 साल का। सो असी हुण वड्डे पद्धर ते क्रिश्चन मूवमेंट वालों क्रिश्चन जथेबंदियों वालों मिल के पूरे पंजाब दियाँ असी एक नवा संघर्ष जारी कर लगे उन्होंने मुद्दों पर कि असी हर शहर शहर जथेबंदियों दियाँ मीटिंगां बुलावांगे। मीटिंगां बुलाउण तो बाद असी एक चंडीगढ़ की तरीक फिक्स करांगे और वह वड्डे काफले नाल 15,000-20,000 की गैदरिंग नाल असी मुख्यमंत्री कैप्टन अमरिंदर सिंह की कोठी घेरांगे। ਸਾਡੇ ਕੋਲ ਹੁਣੇ ਭਲਾਈ ਬੋਰਡ ਦੇ ਮੈਂਬਰ ਸਾਹਿਬ ਬੈਠੇ ਸੀ ਉਹ ਗੱਲ ਕਰ ਰਹੇ ਸੀ ਕਿ ਅਸੀਂ ਮਤੇ ਪਾ ਕੇ ਦਿੱਤੇ ਆ ਪਰ ਹੁਣ ਇਲੈਕਸ਼ਨ ਆ ਗਈ ਆ ਬੋਰਡ ਬਣੇ ਨੂੰ 1.5 ਸਾਲ ਹੋ ਗਿਆ ਸਰਕਾਰ ਬਣੀ ਨੂੰ 4 ਸਾਲ ਹੋ ਗਏ ਕਰੀਬ ਪਰ ਅਜੇ ਤੱਕ ਤਾਂ ਕਿਸੇ ਨੇ ਧਿਆਨ ਨਾ ਦਿੱਤਾ ਹੁਣ ਇਲੈਕਸ਼ਨ ਆ ਸਿਰ 'ਤੇ ਆ ਗਈਆਂ ਅੱਜ ਮਤੇ ਪਾ ਕੇ ਦੇ ਰਹੇ ਆ ਸਾਨੂੰ ਪਤਾ ਜਿੰਨਾ ਚਿਰ ਸਰਕਾਰਾਂ ਦੀ ਧੌਣ 'ਤੇ ਗੋਡਾ ਨਹੀਂ ਧਰਿਆ ਜਾਂਦਾ ਉਹਨਾਂ 'ਚ ਸਰਕਾਰਾਂ ਮੰਨਦੀਆਂ ਨੇ ਸੰਘਰਸ਼ ਜਾਰੀ ਕੀਤਾ ਬਾਬਾ ਜੀ ਅਸੀਂ 5 ਸੀਟਾਂ ਕਿਉਂ ਮੰਗਦੇ ਹਾਂ ਅਸੀਂ ਕਿਉਂ ਨਹੀਂ ਪੂਰੀਆਂ ਦੇ ਪੂਰੀਆਂ ਲੜਦੇ ਪੂਰੀਆਂ ਥੋੜ੍ਹਾ ਜਿਹਾ ਇਹ ਆ ਵੀ ਕੁਛ ਹਲਕਿਆਂ 'ਚ ਸਾਡੀ ਕਿਸਨੈਲਿਟੀ ਘੱਟ ਆ ਔਰ ਖਾਸ ਕਰਕੇ ਇਹਨਾਂ ਪਾਰਟੀਆਂ ਨੇ ਸਾਡੇ 'ਚ ਵਿਤਕਰੇ ਪਾਏ ਆ ਕਿ ਅਸੀਂ ਬੇਸ਼ੱਕ ਇਹਨਾਂ ਪਾਰਟੀਆਂ ਲਈ ਕੁਛ ਵੀ ਕਰ ਲਈਏ ਪਰ ਅਸੀਂ ਵੋਟਾਂ ਤਨਮਨ ਤੋਂ ਪਾਉਂਦੇ ਹਾਂ ਆਪਾਂ ਘਰਾਂ 'ਚ ਲੜਾਈਆਂ ਪਾ ਕੇ ਇਹਨਾਂ ਨਾਲ ਖੜੇ ਹੁੰਦੇ ਹਾਂ ਪਰ ਜਦੋਂ ਸਾਡੇ ਬੰਦੇ ਨੂੰ ਕਿਤੇ ਟਿਕਟ ਕੋਈ ਪਾਰਟੀ ਦੇ ਵੀ ਦਿੰਦੀ ਆ ਮੁੜ ਕੇ ਇਹਨਾਂ ਦੀਆਂ ਪਾਰਟੀਆਂ ਸਾਡੀ ਮਤ ਨਹੀਂ ਕਰਦੀਆਂ ਅਸੀਂ ਕਾਮਯਾਬ ਨਹੀਂ ਹੁੰਦੇ ਇਹ ਤਾਂ ਨਹੀਂ ਟਿਕਟ ਅਸੀਂ ਕਿਉਂ ਨਹੀਂ ਕਰਦੇ ਕਿ SBC ਸਾਰਾ ਭਾਈਚਾਰਾ ਇਕੱਠਾ ਹੋਈਏ ਅਸੀਂ ਇਸੇ ਮੁੱਦੇ ਤੇ ਹੁਣ SBC ਭਾਈਚਾਰੇ ਨੂੰ ਇਕੱਠਾ ਕਰਕੇ ਜਾ ਰਹੇ ਕਰਨ ਜਾ ਰਹੇ ਹਾਂ ਕਿ ਆਉਣ ਵਾਲੀ 2022 'ਚ ਜੇ ਕੋਈ ਸਰਕਾਰ ਸਾਡੀ ਨਹੀਂ ਮੰਗ ਮੰਨਦੀ ਤਾਂ ਅਸੀਂ SBC ਭਾਈਚਾਰਾ ਰਲ ਕੇ ਆਜ਼ਾਦ ਇੰਡੀਪੈਂਡੈਂਟ ਇਲੈਕਸ਼ਨਾਂ ਲੜਨ ਲਈ ਤਿਆਰ ਹਾਂ।